ਪਾਰਾ ਕਿੱਥੇ ਹੈ ਜੀ? ਸਤਿ ਸ਼੍ਰੀ ਅਕਾਲ, ਬੈਠੋ ਜੀ। ਪਾਰਾ ਜੀ ਕਿੱਥੇ ਨੇ? ਪਾਰਾ ਜੀ ਆ ਰਹੇ ਨੇ ਜੀ, ਤੁਸੀਂ ਬੈਠੋ। ਕਿੰਨੇ ਕੱਪ ਚਾਹ ਲਿਆਓ? ਤੁਸੀਂ ਕੌਣ ਜੀ? ਮੈਂ ਪਾਰਾ ਸਿੰਘ ਦੀ ਪਰਸਨਲ ਸੈਕਟਰੀ ਆ। ਬੜਾ ਵਧੀਆ। ਹਾਂਜੀ ਜੀ, ਚਾਹ ਲੈਣੀ ਸਰ? ਮੈਂ ਬੁਲਾਉਂਦੀ ਆ ਜੀ ਸਰ ਨੂੰ, ਠੀਕ ਹੈ? ਹਾਂਜੀ ਹਾਂਜੀ, ਤੇਰੇ ਨਾਲੋਂ ਚੰਗਾ ਤਾਂ ਪਾਰਾ ਹੀ ਆ। ਹੋਰ ਯਾਰ, ਚਾਹ ਤੇ ਚੁਸਕੀ ਲੱਗਦੀ ਆ ਤੇ ਚਾਹ ਤੇ ਚੁਸਕੀ। ਓਏ ਹੋਏ 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 ਹੋਏ, ਮੈਂ ਬਹੁਤ ਸੋਹਣੀ, ਤੇਰੀ ਰੇਹੜੀ ਬਹੁਤ ਸੋਹਣੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸ਼ਾਨੇ ਪੰਜਾਬ ਪ੍ਰੈਜ਼ੈਂਟਸ ਚਾਹ ਤੇ ਚੁਸਕੀ ਪਾਵਰਡ ਬਾਏ ਪਾਰਲੇ ਜੀ। ਭਾਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਵੀਰ, ਥੈਂਕ ਯੂ ਸੋ ਮਚ, ਥੈਂਕ ਯੂ ਵੀਰ। ਭਾਜੀ ਹੁਣ ਤੁਹਾਡੀ ਤਰੀਕ ਦੇ ਵਿੱਚ ਮੈਂ ਕੀ ਕਹਾਂ, ਪਰ ਫਿਰ ਵੀ ਭਾਜੀ ਮੈਂ 2-4 ਲਾਈਨਾਂ ਨਾਲ ਤਿਆਰ ਕੀਤੀਆਂ ਮੈਂ। ਇਜਾਜ਼ਤ ਹੈ? ਇਜਾਜ਼ਤ ਹੈ, ਇਜਾਜ਼ਤ ਹੈ। ਲਓ ਜੀ, ਇੱਕ ਨੂੰ ਆਦਤ ਪੈ ਗਈ ਹੈ ਤੇਰੀ। ਭਾਜੀ ਤੁਸੀਂ ਚਾਹ ਚਾਹ ਕਹਿਣਾ ਪਿੱਛੇ, ਵਾਹ ਵਾਹ ਕਹਿੰਦੇ ਨਾ ਵੈਸੇ ਆਪਾਂ, ਵੈਸੇ ਚਾਹ ਚਾਹ ਕਹਿਣਾ, ਠੀਕ ਹੈ? ਇੱਕ ਨੂੰ ਆਦਤ ਪੈ ਗਈ ਹੈ ਤੇਰੀ ਚਾਹ 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 ਚਾਹ, ਇੱਕ ਨੂੰ ਆਦਤ ਪੈ ਗਈ ਹੈ ਤੇਰੀ, ਤੇ ਇੱਕ ਹਵਾ ਦੇ ਵਰਕਿਆਂ ਤੇ ਤੇਰਾ ਨਾਮ ਲਿਖਦਾ, ਇੱਕ ਮੰਗਦਾ ਇਹਨੂੰ ਨੀਰੀ ਚੰਨ ਵਰਗੀ ਚਾਹ ਚਾਹ ਮੱਠੀਆਂ ਮੱਠੀਆਂ, ਕੁੜੀ ਨੂੰ ਫਸਾਉਣ ਲਈ ਗਿਟਾਰ ਸਿੱਖਦਾ। ਵਾਓ ਵਾਹ ਵਾਹ, ਚਾਹ ਭਾਜੀ ਬਿਲਕੁਲ ਆਪੇ 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 ਲਿਖਿਆ ਮੈਂ, ਅੱਗੇ ਕਿੱਥੇ ਆਵਾਂ? ਬਾਵੇ ਤੇ ਬਾਵੇ ਤੇ ਆ ਗਿਆ ਭਾਜੀ, ਕਹਿਤਾ ਨਾ ਮੇਰੇ ਵੱਲ, ਕਹਿਤਾ ਭਾਜੀ, ਉੱਚੀ ਗੁੰਜੀ ਲਈ ਗੱਲ ਸੀ, ਨੂੰ ਚੰਨ ਵਰਗੀ ਕਹਿ ਗਿਆ ਮੈਂ, ਇਹ ਦਿਲਾਂ ਦੇ ਭਾਜੀ ਗੁੰਜੀ ਚੰਨ ਵਰਗੀ ਨਹੀਂ ਹੈ, ਗੁੰਜੀ ਗੱਲ ਫੇਰ ਉਹ ਵਰਕੇ ਹਵਾਲੇ ਵਰਕੇ ਆ ਗਿਆ ਨਾ, ਤੈਨੂੰ ਆਪਣੇ ਸੁਣੇ। ਹਾਂਜੀ ਜੀ, ਸਾਡੇ ਵਿੱਚ ਪਹੁੰਚ ਚੁੱਕੇ ਨੇ ਜੀ ਪੰਜਾਬ ਦੇ ਸਟਾਰ ਆਈਕਨ ਰਣਜੀਤ ਬਾਵਾ ਜੀ, ਜੱਸੀ ਗਿੱਲ ਤੇ ਨਿੰਜਾ। ਥੈਂਕ ਯੂ, ਬਹੁਤ ਸ਼ੈ ਲੱਗਿਆ। ਉਹ ਭਰਾ ਗੱਲਾਂ ਹੀ ਕਰੀ ਜਾਏਗਾ ਕਿ ਚਾਹ ਵੀ ਪੀਏਗਾ, ਇੱਕ ਤਾਂ ਪਹਿਲਾਂ ਲੇਟ ਆਇਆ ਤੂੰ। ਕਿਹੜੀ ਵਾਲੀ ਪੀਣੀ? ਹਰ ਚਾਹ ਚ ਸਵਾਦ ਹੈ, ਸੌਂਫ ਵਾਲੀ, ਇਲਾਚੀ ਵਾਲੀ, ਡਿੱਟੋ ਘਰ ਦੀ, ਚਾਚੀ ਵਾਲੀ, ਮਲੱਠੀ ਵਾਲੀ, ਅਦਰਕ ਵਾਲੀ, ਲੌਂਗ ਵਾਲੀ ਚਾਹ ਇੱਕੋ ਘੁੱਟ ਨਾਲ ਤੁਹਾਡੀ ਨਿਕਲ ਜਾਏਗੀ। ਵਾਹ, ਗੁਲਾਬੋ ਚਾਹ ਪਲਾਵਾਂਗੇ ਬੜੇ ਪਿਆਰ ਦੇ ਨਾਲ, ਕੱਬੀ ਚਾਹ ਪਲਾਵਾਂਗੇ ਬੜੇ ਸਤਿਕਾਰ ਦੇ ਨਾਲ, ਜਿੱਦਾਂ ਤੁਸੀਂ ਕਹੋਗੇ ਮਿੱਠਾ ਪੱਤੀ ਕੱਟ, ਪਾਰਾ ਤੁਹਾਡੇ ਲਈ ਲੈ ਕੇ ਆਏਗਾ ਚਾਹ ਝਟਪਟ। ਹੁਣ ਦੱਸੋ ਕਿਹੜੀ ਪੀਣੀ ਭਾਈ ਚਾਹ? ਸਮਝ ਨੀ ਲੱਗਦੀ ਵੀ ਜਦੋਂ ਬੜੇ ਉਦੋਂ ਸੈਕਟਰੀ, ਹੁਣ ਜਦੋਂ ਚਾਹ ਬਣਾਉਣੀ ਉਦੋਂ ਸਾਡੇ ਨਾਲ, ਸਾਨੂੰ ਨਾਲ ਰੱਖਣਾ, ਮੈਂ ਚਾਹੁੰਦਾ ਕਿ ਇੰਨਾ ਹਾਈ ਐਂਡ ਕਾਹਦੇ ਰੱਖ ਰੱਖਿਆ ਕਰ, ਹਾਈ ਐਂਡ ਚਾਹ ਉਦੋਂ ਬਣੇਗੀ ਭਾਜੀ ਜਦੋਂ ਹਾਈ ਐਂਡ ਵਾਲੇ ਬੰਦੇ ਚਾਹ ਬਣਾਉਣਗੇ ਨਾ, ਇਸ ਕਰਕੇ ਚਾਹ ਬਣਾਉਣੀ ਪੈਣੀ ਆ। ਆਜੋ ਪਹਿਲਾਂ ਸਰ ਪੱਤੀ ਪਾ ਲੋ, ਪਹਿਲਾਂ ਪੱਤੀ ਪਾ ਲੋ, ਜ਼ਰੂਰੀ ਨੀ ਹੁੰਦਾ ਪਹਿਲਾਂ ਪੱਤੀ ਪਾ ਲੋ, ਮਿਕਸ ਹੀ ਹੋਣਾ ਪਾਉਣਾ, ਮੈਂ ਆਪਾਂ ਪਿੰਡਾਂ ਚਮਚਿਆਂ ਨਾਲ ਨਹੀਂ ਕਦੀ ਪਾਇਆ, ਆਪਣੇ ਸਿੱਧੇ ਸੁੱਟ ਦਿੰਦੇ ਆ ਬੁੱਕਾਂ ਨਾਲ ਹੀ। ਭਾਜੀ ਤੁਸੀਂ ਕਿੱਦਾਂ ਦਾ ਪੀਣਾ ਜੱਸੀ ਭਾਜੀ? ਮਿੱਠਾ ਤਿੰਨ ਸ਼ਾਨਾ ਮੇਰੇ ਨਾਲ ਵੀ ਨੇ ਤੇ ਪੰਜਾਬ ਦੀ ਚਾਹ ਪੱਤੀ ਪਾਲੋ 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 ਸ਼ਾਨੇ ਪੰਜਾਬ, ਉਬਲਦੀ ਉਬਲਦੀ ਚਾਹ ਤੇ ਮੈਨੂੰ ਭਾਜੀ ਉਬਲਦਾ ਉਬਲਦਾ ਗਾਣਾ ਆਇਆ ਤੁਹਾਡੇ ਵਾਸਤੇ, ਸੁਣਾ ਦੇ ਯਾਰ। ਤੇਰਾ ਆ ਬਗਾਰ ਕੁੜੀਏ, ਤੇ ਤੂੰ 500 ਉਧਾਰ ਮੰਗਦਾ, ਅਜੇ ਚੱਲੀ ਜਾ ਬਗਾਰਾ ਕੁੜੀਏ, ਟਾਈਮ ਔਖਾ ਏ ਪਿਆ ਲੰਘਦਾ। ਗੱਲ ਤਾਂ ਸਹੀ ਹੈ ਪਰ ਦੇਖੋ, ਪਰ ਇਹਦਾ ਵੀ ਆਪਣਾ ਹੀ ਸਵਾਲ ਆ ਵੀਰੇ, ਬਗਾਰ ਪਾਉਣ ਦਾ ਵੀ ਇਹ ਤਾਂ ਹੈ ਭਾਜੀ। ਤੁਸੀਂ ਪਾਈ ਪਾਈ ਬਗਾਰ ਕਦੀ? ਬਹੁਤ ਪਾਈ ਨਹੀਂ। ਕਿੱਦਾਂ ਦੀਆਂ ਬਗਾਰਾਂ ਪਾਉਂਦੇ ਤੁਸੀਂ? ਪੈਸੇ ਹੀ ਮੰਗਿਆ ਵਾ ਤੁਸੀਂ, ਦੁੱਧ ਪੈ ਗਿਆ ਹੁਣ ਤੁਹਾਡੇ ਲਈ ਵੀ ਗਾਣਾ ਆ ਗਿਆ। ਹਾਂਜੀ ਭਾਜੀ, ਗਾਣਾ ਸੁਣਾ ਵਧੀਆ ਜੀ। ਉਹ ਜਿਹੜੇ ਕੰਪੀਟੀਸ਼ਨ ਵਿੱਚ ਸੀਗੀਆਂ ਰੇਹੜੀਆਂ, ਮੈਂ ਕੱਲਾ ਕੱਲਾ ਮੈਂ ਕੱਲਾ ਕੱਲਾ ਠੋਕਦਾ ਰਿਹਾ, ਕੱਪੜਾ ਮਾਰਦਾ ਰਿਹਾ। ਤੁਸੀਂ ਲੰਡਨ ਸ਼ੂਟਿੰਗ ਕਰਨ ਗਏ ਹੋ ਹਨਾ, ਤੇ ਉੱਥੇ ਭਾਜੀ ਫਿਰ ਚਾਹ ਦੇ ਖੋਖੇ ਹੁੰਦੇ ਸੀਗੇ,
ਕਿੰਨੇ ਕੁ ਦੀ ਚਾਹ ਮਿਲਦੀ ਉੱਥੇ? ਫਿਰ ਮੈਂ ਵੀ ਭਾਈ ਉਸ ਹਿਸਾਬ ਨਾਲ ਫਿਰ ਆਪਣਾ ਰੇਟ ਸੈੱਟ ਕਰਨਾ। ਸਟਾਰਬਕਸ ਵਾਲਿਆਂ ਦਾ ਰੁੱਖਾ ਸੀ ਉੱਥੇ ਵੀ ਚਾਹ ਪੀਣ ਦੀ। ਅੱਛਾ ਹਾਂ, ਕਿੱਦਾਂ ਭਾਜੀ ਉਹਨਾਂ ਨੇ ਕੀ ਕੀ ਮਟੀਰੀਅਲ ਰੱਖਿਆ ਹੁੰਦਾ ਭਾਜੀ ਉੱਥੇ? ਵਧੀਆ ਖੋਖੇ ਪੂਰੇ ਲੈਣ ਲੱਗਦੀ ਸੀਗੀ ਪ੍ਰੋਪਰ। ਅੱਛਾ, ਚੰਗੀਆਂ ਚੰਗੀਆਂ ਗੋਰੀਆਂ, ਚੰਗੇ ਚੰਗੇ ਗੋਰੇ ਖੜਦੇ ਸੀ ਆ ਕੇ। ਤੇ ਸਭ ਤੋਂ ਵੱਡੀ ਗੱਲ ਤੇ ਜ਼ਰੂਰੀ ਗੱਲ, ਜਿਹੇ ਜੀ ਤੂੰ ਇੱਕ ਸਕੈਚ ਸੈਕਟਰੀ ਰੱਖੀ ਆ ਉਹਦੇ ਜਿਹੇ ਪੰਜ ਹੁੰਦੀਆਂ ਸੀ ਉਹਨਾਂ। ਹਾਂ ਓਏ ਤੂੰ ਸਾਲਿਆ ਸੈਕਟਰੀ ਤੇ ਜੜਿਆ ਪਿਆ ਖੋਖੇ ਵਾ। ਭਾਜੀ ਮੇਰਾ ਵੀ ਵੀਜ਼ਾ ਵੀਜ਼ਾ ਲਵਾਓ। ਇਹ ਤਾਂ ਹੀ ਇਹ ਤਾਂ ਹੀ ਸਟਾਰਬਕਸ ਤੋਂ ਨਿਕਲ ਆ ਗਿਆ। ਇਹ ਹੁੰਦਾ ਵਾ ਇਹ ਜਦੋਂ ਜ਼ਿਆਦਾ ਗੱਲਾਂ ਕਰਦੇ ਨਾ। ਇੱਕ ਮਿੰਟ ਜੱਸੀ ਮਿੱਠਾ ਵੇਖੂਗਾ। ਨਹੀਂ ਮੈਂ ਦੂਜੇ ਗਲਾਸ ਪਾ ਵੇ ਪੀ ਵੇਦਾ ਸੀ। ਮੈਂ ਦਿੰਦਾ ਭਾਜੀ ਧੋਤੀ ਗਈ ਨਵੀਂ ਆ ਗਈ ਭਾਜੀ ਗਲਾਸੀ। ਬਸ ਬਸ ਤਿੰਨ ਬੰਦੇ ਪੀਣੀ ਆ। ਨਹੀਂ ਕੋਈ ਨੀ ਭਾਜੀ, ਆਵੇਗੀ ਪੂਰੀ ਆਏਗੀ ਚਾਹ। ਦੇਖੋ ਪੂਰੀ ਪੂਰੀ ਕਰ ਦਿਆਂਗੇ। ਲੈ ਵੀ ਮੰਨੋ ਨਾ ਮੰਨੋ, ਚਾਹ ਬੜੀ ਵਧੀਆ ਬਣੀ। ਚਲੋ ਆ ਜਾਓ ਭਾਜੀ, ਚਲੋ ਚਾਹ ਬਣ ਗਈ ਹੈ ਜੀ ਸਾਡੀ, ਤੇ ਹੁਣ ਲੱਗੇਗੀ ਚਾਹ ਤੇ ਚੁਸਕੀ। ਚਾਹ ਤਾਂ ਬਹੁਤ ਘੈਂਟ ਬਣਾ ਦਿੱਤੀ ਤੈਂ, ਰੇੜੀ ਖੋਲ ਦਿੱਤੀ ਤੈਨੇ ਬਹੁਤ ਅੱਛਾ, ਬਰਾਬਰ ਰੇੜੀ ਲਾ ਦਿੱਤੀ ਤੇਰੀ। ਹੋਰ ਚੰਗਾ ਭਲਾ ਭਾਜੀ ਕੰਮ ਚੱਲ ਰਿਹਾ ਉਹਨਾਂ ਦਾ। ਅੱਛਾ ਭਾਜੀ, ਤੁਸੀਂ ਤਿੰਨਾਂ ਨੇ ਇੰਨੀਆਂ ਫਿਲਮਾਂ ਕੀਤੀਆਂ, ਇੰਨੇ ਹਿੱਟ ਗਾਣੇ ਦਿੱਤੇ। ਮੈਂ ਇੱਕ ਕੀਤੀ ਆ, ਦੂਜੀ ਕੀਤੀ ਸੀ। ਸਾਰਿਆਂ ਦੀ ਮਿਲਾ ਕੇ ਤੇ ਕਿੰਨੀਆਂ ਹੀ ਹੋ ਗਈਆਂ ਨਾ ਭਾਜੀ? ਵੱਧ ਵਿਚਾਲੇ ਆ, ਹੁਣ ਤੀਜੀ ਆ। ਤੀਜੀ ਆ, ਹੁਣ ਤੀਜੀ ਆ। ਦੇਖੋ ਨਾ, ਇਹ ਝੂਠ ਨਹੀਂ ਬੋਲਣਾ ਸਾਡੇ ਨਾਲ, ਪਹਿਲੀ ਗੱਲ ਤੇ ਦੱਸ ਦੋ। ਨਹੀਂ ਭਾਜੀ, ਮੈਨੂੰ ਵੀ ਪਤਾ। ਸਾਰਿਆਂ ਦੀਆਂ ਮਿਲਾ ਕੇ ਕਿੰਨੀਆਂ ਫਿਲਮਾਂ ਹੋ ਗਈਆਂ ਭਾਜੀ, ਹਨਾ? ਇੰਨੇ ਹਿੱਟ ਗਾਣੇ, ਇੰਨਾ ਵਰਕ ਐਕਸਪੀਰੀਅੰਸ, ਤੇ ਉਦੋਂ ਭਾਜੀ ਕਿੱਦਾਂ ਦਾ ਲੱਗਦਾ ਹੈ ਜਦੋਂ ਚਾਹ 'ਚ ਹਜੇ ਵੀ ਬਿਸਕੁਟ ਟੁੱਟ ਕੇ ਡਿੱਗ ਜਾਂਦਾ? ਹਰ ਕੋਈ ਬੰਦਾ ਚਾਹੁੰਦਾ ਕਿ ਲਾਈਫ 'ਚ ਅੱਗੇ ਵਧਣਾ, ਹੈ ਨਾ? ਤੇ ਮੈਂ ਵੀ ਭਾਜੀ ਸਿੱਖਣਾ ਚਾਹੁੰਦਾ ਵਾਂ। ਹੁਣ ਤੁਸੀਂ ਭਾਜੀ ਗਿਟਾਰ ਤਾਂ ਸਿੱਖ ਲਿਆ ਹੋਣਾ, ਫਿਰ ਤੁਸੀਂ ਦੇ ਦਿਓ ਮੈਨੂੰ। ਗਿਟਾਰ ਤਾਂ ਆਪਣੇ ਕੋਲ ਸਿੱਖਣ ਲੈ ਕੇ ਆਉਂਦਾ ਸੀ ਆਪਾਂ। ਅੱਛਾ, ਤੇ ਉਧਾਰ ਲਾਤਾ ਸੀ ਭਾਜੀ ਉਹ ਫਿਰ ਜਿਹੜਾ ਲਿਆ ਸੀਗਾ ਸਿੱਖਣ ਵਾਸਤੇ? ਨਹੀਂ, ਉਹ ਨਹੀਂ ਲਾਇਆ। ਉਹ ਨਹੀਂ ਲਾਇਆ, ਯਾਰ ਦੋਸਤ ਹੀ ਫੜਿਆ ਸੀ। ਦੇ ਦੇ, ਤੇਰੀ ਤਾਂ ਇੰਨੀ ਰੇੜੀ ਚੱਲ ਰਹੀ ਆ। ਇੱਦਾਂ ਕਿੱਦਾਂ ਭਾਜੀ, ਗਾਣਾ ਸੁਣਾਂਗੇ ਪਹਿਲਾਂ? ਆਪਦੀ ਗੱਲੇ ਦੀ ਇੱਕ ਦਿਨ ਦੀ ਕਮਾਈ ਦੇ। ਨਹੀਂ 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 ਨਹੀਂ, ਗਾਣਾ ਸੁਣਾਂਗੇ ਭਾਜੀ ਆਪਾਂ ਗਿਟਾਰ ਸਿੱਖਦਾ। ਆ ਜਾਓ। ਹਾਂ, ਅਨਰਿਕੇ ਦਾ ਹੀਰੋ ਸੁਣ ਸੁਣ ਕੇ ਤੈਨੂੰ ਕਰਨਾ ਪਿਆਰ ਸਿੱਖਦਾ, ਮੁੰਡਾ ਜੱਟਾਂ ਦਾ ਨੀ ਓ ਬੱਲੀਏ ਤੇਰੇ ਕਰਕੇ ਗਿਟਾਰ ਸਿੱਖਦਾ। ਜੇ ਮੇਰੀ ਖਾਲੀ ਪੈਸਾ ਇੱਕ ਵੀ ਨਹੀਂ, ਤੇਰੇ ਡੈਡ ਵਾਂਗੂ ਡੈਡ ਮੇਰਾ ਰਿਚ ਵੀ ਨਹੀਂ। ਜੇ ਮੇਰੀ ਖਾਲੀ ਪੈਸਾ ਇੱਕ ਵੀ ਨਹੀਂ, ਤੇਰੇ ਡੈਡ ਵਾਂਗੂ ਡੈਡ ਮੇਰਾ ਰਿਚ ਵੀ ਨਹੀਂ। ਮੈਨੂੰ ਸੱਚ ਦੱਸਾਂ ਲੈ ਕੇ ਪੈਸੇ ਨੀ ਮੈਂ ਯਾਰਾਂ ਤੋਂ ਉਧਾਰ ਸਿੱਖਦਾ, ਮੁੰਡਾ ਜੱਟਾਂ ਦਾ ਨੀ ਓ ਬੱਲੀਏ ਤੇਰੇ ਕਰਕੇ ਗਿਟਾਰ ਸਿੱਖਦਾ। ਕਿਆ ਬਾਤ ਹੈ ਯਾਰ, ਕਿਆ ਬਾਤ ਹੈ ਸੱਚੀ। ਹੁਣ ਮਜ਼ਾ ਆ ਗਿਆ ਭਾਜੀ ਸੱਚੀ, ਚਾਹ ਨਾਲ ਗਾਣਾ ਭਾਜੀ, ਵਾਹ ਕਿਆ ਬਾਤ ਹੈ। ਭਾਜੀ ਤੁਸੀਂ ਸਾਰੇ ਮੰਨਦੇ ਹੋ, ਤਿੰਨੋਂ ਜਣੇ ਮੰਨਦੇ ਹੋ ਕਿ ਨਾ ਅਫਵਾਹਾਂ ਤੇ ਬਿਲੀਵ ਨਹੀਂ ਕਰਨਾ ਚਾਹੀਦਾ, ਹੈ ਨਾ? ਬਿਲਕੁਲ। ਤੇ ਰਣਜੀਤ ਬਾਬਾ ਭਾਜੀ ਨੇ ਨਾ ਬਿਲੀਵ ਕੀਤਾ ਹੋਇਆ ਭਾਜੀ, ਸੁਣੀ ਸੁਣਾਈ ਗੱਲ ਤੇ ਭਾਜੀ ਗਾਣਾ ਬਣਾ ਦਿੱਤਾ ਇਹਨਾਂ ਨੇ। ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ ਜਿਵੇਂ ਸ਼ੇਰ ਮਾਰਨਾ, ਭਾਜੀ ਉਹਨਾਂ ਨੇ ਸੋਚਿਆ ਵੀ ਨਾ ਹੋਵੇ, ਕਿਹਾ ਵੀ ਨਾ ਹੋਵੇ। ਇਹ ਤਾਂ ਗੱਲ ਸੱਚੀ ਹੈ ਯਾਰ, ਵੀ ਗਿੱਦੜਾਂ ਨੇ ਸ਼ੇਰ ਮਾਰਨਾ। ਹਾਂ, ਗਿੱਦੜਾਂ ਨੇ ਸੁਣਿਆ ਜੈਕਟ ਪਾਈ ਵੇਖੀ ਹੋਵੇ ਤੇ ਤੁਸੀਂ ਸ਼ਾਮ ਨੂੰ ਫੋਨ ਕੀਤਾ ਯਾਰ ਮੈਂ ਵਿਆਹ ਤੇ ਜਾਣਾ ਵਾ ਦੇ ਦੇ। ਇੱਕ ਸਾਡੇ ਨਾਲ ਹੋਇਆ ਸੀਗਾ, ਇੱਕ ਮੈਂ ਤੇ ਜੱਸੀ ਨੇ ਸੇਮ ਸ਼ਰਟ, ਮਤਲਬ ਅਸੀਂ ਲਈ ਵੱਖਰੀ ਵੱਖਰੀ ਸੀ, ਬਟ ਸਾਡੀ ਸੇਮ ਉਹ ਸ਼ਰਟ ਮੈਚ ਹੋ ਗਈ। ਉਸ ਤੋਂ ਬਾਅਦ ਇੱਕ ਸਵੈਟਰ ਵੀ ਸਾਡੀ ਸੇਮ ਮੈਚ ਹੋ ਗਈ, ਦੋ ਤਿੰਨ ਵਾਰ ਸਾਡੇ ਨਾਲ ਹੋਇਆ, ਮਤਲਬ ਕੋਇਨਸੀਡੈਂਸ ਹੋਇਆ ਤੁਹਾਡੇ ਨਾਲ। ਹਾਂ, ਇਦਾਂ ਹੋਇਆ। ਮੇਰਾ ਦੋਸਤ ਸੀ ਮੋਂਟੀ ਉਹਦਾ ਸੀਗਾ, ਪਰ ਜਿਹੜੇ ਜਿਹੜੇ ਗਾਣੇ ਚ ਪਿਆ ਉਹ ਗਾਣੇ ਹਿੱਟ ਹੋਏ, ਸ਼ੁਰੂ ਤੋਂ ਹਾਈ ਐਂਡ ਕਰਦਾ ਰਹੇ ਆ। ਅੱਛਾ, ਤੁਸੀਂ ਮੈਨੂੰ ਦੱਸੋ ਫਿਰ ਯਾਰੀ ਕਿੱਦਾਂ ਦੀ ਹੈਗੀ? ਜਿਹੜੀ ਹਾਈ ਐਂਡ ਯਾਰੀਆਂ ਦੀ ਗੱਲ ਆ, ਉਹਦੇ ਵਿੱਚ ਜਿਵੇਂ ਕਿ ਇੱਕ ਬਚਪਨ ਦੇ ਦੋਸਤ ਹੁੰਦੇ ਨੇ, ਹਾਂਜੀ, ਇੱਕ
ਜਦੋਂ ਤੁਸੀਂ ਆਪਣੇ ਕਰੀਅਰ ਨੂੰ ਸੈੱਟ ਕਰਨ ਲਈ ਨਿਕਲਦੇ ਹੋ ਆਪਣੇ ਘਰ ਦੇ ਵਿੱਚੋਂ, ਜਦੋਂ ਤੁਸੀਂ ਪਲੇਸ ਬਦਲਦੇ ਹੋ ਤਾਂ ਉੱਥੇ ਵੀ ਇੱਕ ਯਾਰ ਤੁਹਾਡੀ ਵੇਟ ਕਰਦੇ ਹੋ, ਜਿਹੜੇ ਅਚਾਨਕ ਮਿਲ ਜਾਂਦੇ ਨੇ, ਜਿਹੜੇ ਅਚਾਨਕ ਮਿਲਦੇ ਨੇ, ਅਚਾਨਕ ਯਾਰ ਮਿਲੇ, ਅਚਾਨਕ ਇਨ ਦਾ ਸੈਂਸ ਵੀ ਕੁਝ ਐਸੇ ਮੋੜਾਂ ਤੇ ਤੁਹਾਨੂੰ ਕੁਝ ਯਾਰ ਮਿਲ ਜਾਂਦੇ ਆ ਜਿਹੜੇ ਹਮੇਸ਼ਾ ਲਈ ਤੁਹਾਡੀ ਇੱਕ ਤੁਹਾਡਾ ਪਰਿਵਾਰ ਬਣ ਜਾਂਦੇ ਆ, ਤੁਹਾਡੀ ਤਰੱਕੀ ਦੇ ਵਿੱਚ ਸਾਥ ਦਿੰਦੇ ਨੇ, ਸਭ ਤੋਂ ਵੱਡੀ ਗੱਲ ਇਹ ਉਹ ਯਾਰੀ ਆ ਕਿ ਜਿਹੜੇ ਤਿੰਨ ਦੋਸਤ ਆ, ਤਿੰਨ ਮੁੰਡੇ ਆ, ਜੱਸੀ ਮੈਂ ਤੇ ਨਿੰਜਾ, ਜਿਹੜੇ ਅਚਾਨਕ ਮਿਲੇ ਇੱਕ ਦੂਜੇ ਨੂੰ, ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਕੌਣ ਕਿੱਥੋਂ ਆਇਆ ਕਿੱਥੋਂ ਨਹੀਂ, ਔਰ ਉਹਨਾਂ ਦਾ ਕਿੱਦਾਂ ਇੱਕ ਦੂਜੇ ਨਾਲ ਪਿਆਰ ਪੈਂਦਾ, ਕਿੱਦਾਂ ਉਹ ਕਿਸ ਤਰ੍ਹਾਂ ਇੱਕ ਦੂਜੇ ਦੇ ਮਤਲਬ ਜਿਹੜੀਆਂ ਉਹਨਾਂ ਦੀਆਂ ਯਾਰੀਆਂ ਕਿੱਦਾਂ ਹਾਈ ਐਂਡ ਹੁੰਦੀਆਂ, ਅਸੀਂ ਬਹੁਤ ਫਨ ਕੀਤਾ। ਔਰ ਜਦੋਂ ਇਹ ਫਿਲਮ ਬਾਰੇ ਡਿਸਕਸ ਹੋਇਆ ਕਿ ਆਪਾਂ ਤਿੰਨੇ ਜਾਣੇ ਕਰ ਰਹੇ ਹਾਂ, ਪਹਿਲਾਂ ਤਾਂ ਅਸੀਂ ਸ਼ਾਮ ਨੂੰ ਕਾਲ ਕੀਤਾ ਸੀ, ਸਾਨੂੰ ਪਹਿਲਾਂ ਲੱਗਿਆ ਕਿ ਅਸੀਂ ਜਦੋਂ ਮੈਂ ਤੇ ਨਿੰਜਾ ਅਸੀਂ ਇੱਕੋ ਫਲਾਈਟ 'ਚ ਸੀਗੇ, ਅਸੀਂ ਦਿੱਲੀ ਜਿਹੜੇ ਇਕੱਠੇ ਸੀ, ਔਰ ਅਸੀਂ ਸਾਨੂੰ ਲੱਗਿਆ ਵੀ ਜੱਸੀ ਪਹਿਲਾਂ ਚਲਾ ਗਿਆ ਹੈ ਨਾ, ਮੈਂ ਕਿਹਾ ਯਾਰ ਵੀ ਇਕੱਠੇ ਚੱਲਦੇ, ਚਲੋ ਅਸੀਂ ਪਹੁੰਚੇ ਜੱਸੀ ਉੱਤਰੇ, ਜੱਸੀ ਨੂੰ ਉਹਨਾਂ ਨੇ ਸਾਈਡ ਦੇ ਕਟਹਿਰੇ 'ਚ ਪਾਇਆ ਏਅਰਪੋਰਟ 'ਤੇ ਪਿਛਲੇ ਤਿੰਨ ਘੰਟੇ ਤੋਂ, ਮੇਰਾ ਨਾਮ ਮੈਚ ਕਰ ਗਿਆ ਸੀ ਕਿਸੇ ਕ੍ਰਿਮੀਨਲ ਇੰਗਲੈਂਡ ਦੇ ਵਿੱਚ, ਨਾਰਮਲੀ ਏਦਾਂ ਹੋ ਜਾਂਦਾ, ਜਸਦੀਪ ਸਿੰਘ ਜਿਹਦਾ ਨਾਮ ਜਿਹੜੇ ਉਹ ਮੈਚ ਹੋ ਜਾਂਦੇ ਆ, ਅਸੀਂ ਦੋ ਜੱਸੀ ਨੇ ਅਤੇ ਮੈਂ ਅਸੀਂ ਪਹਿਲਾਂ 400 ਵਿੱਚ ਕੰਮ ਕੀਤਾ, ਨਿੰਜਾ ਸਾਡੇ ਨਾਲ ਇਸ ਵਾਰ, ਪਰ ਬਹੁਤ ਮਜ਼ਾ ਆਇਆ, ਫਿਲਮ ਇੰਨੀ ਵਧੀਆ, ਮਤਲਬ ਹਾਸੇ ਖੇਡੇ 'ਚ ਹੀ ਬਣ ਗਈ, ਹਾਸੇ ਖੇਡੇ 'ਚ ਇਹ ਨਹੀਂ ਵੀ ਫਿਲਮ ਬਣ ਗਈ ਆ, ਮਤਲਬ ਅਸੀਂ ਹਾਸੇ ਖੇਡੇ 'ਚ ਕਹਿਣ ਦਾ ਭਾਵ ਕਿ ਸਾਨੂੰ ਪਤਾ ਨਹੀਂ ਲੱਗਿਆ ਵੀ ਅਸੀਂ ਸ਼ੂਟ ਕਰ ਰਹੇ ਹਾਂ ਕਿ ਰਨ ਕਰ ਰਹੇ ਹਾਂ, ਸੋ ਉਹ ਇੱਕ ਬਹੁਤ ਅੱਛਾ ਕੰਬੀਨੇਸ਼ਨ ਬਣ ਕੇ ਨਿਕਲਿਆ ਸਿੰਨਾ ਦਾ ਸਾਡਾ। ਕਿੱਦਾਂ ਉਹਨਾਂ ਦੀ ਕੀ ਜਰਨੀ ਆ, ਕਿੱਥੇ ਜਾ ਕੇ ਉਹ ਇੱਕ ਦੂਜੇ ਨੂੰ ਮਿਲਦੇ ਆ, ਆਫਟਰ ਦੈਟ ਉਹਨਾਂ ਦਾ ਕੀ ਲਾਈਫ ਦਾ ਕੀ ਸਰਕਲ ਚੱਲਦਾ, ਉਹ ਉਹ ਇੱਕ ਫਿਲਮ ਹੋਈ ਆ। ਤੇ ਜਿਹੜਾ ਇਹ ਫਿਲਮ 'ਚ ਮੇਰਾ ਕੈਰੈਕਟਰ ਹੈ, ਮੈਨੂੰ ਲੱਗਦਾ ਕਿ ਜੇ ਲੋਕ ਦੇਖਣਗੇ ਉਹ ਕਹਿਣਗੇ ਯਾਰ ਇਹ ਤਾਂ ਬਿਲਕੁਲ ਐਸਾ ਹੈ ਹੀ ਨਹੀਂ, ਕਿਉਂਕਿ ਪਹਿਲੀ ਵਾਰ ਮੈਂ ਉਸਦਾ ਕੰਮ ਕਰ ਰਿਹਾ। ਅੱਛਾ ਜੀ, ਫਲੱਟੀ ਜਿਹਾ ਮੁੰਡਾ ਜਿਹੜਾ ਕਿ ਫਲੱਟ ਕਰਦਾ ਰਹਿੰਦਾ ਕੁੜੀਆਂ ਕੜੀਆਂ ਨਾਲ। ਅੱਛਾ, ਹੋਰ ਬਹੁਤ ਚੀਜ਼ਾਂ ਨੇ, ਸ਼ਰਾਰਤਾਂ, ਇਹਨਾਂ ਨੂੰ ਵਿਗਾੜਨ ਦਾ ਕੰਮ ਤੇ ਇਹਨਾਂ ਨੂੰ ਇਹਨਾਂ ਦੇ ਕੰਮ ਸਿੱਧੇ ਕਰਨਾ, ਮਤਲਬ ਸਾਰੇ ਵੀ ਆ। ਅੱਛਾ, ਤੇ ਮਤਲਬ ਤਿੰਨਾਂ ਦੇ ਵਿੱਚੋਂ ਸਾਊ ਕਰੈਕਟਰ ਕਿਹਦਾ ਹੈਗਾ ਭਾਜੀ? ਨਿੰਜਾ। ਨਿੰਜਾ, ਓਕੇ। ਸਚਿਨ ਪੰਡੇ, ਪੰਡੇ ਜੀ, ਸਚਿਨ ਪੰਡੇ ਜੀ, ਰਣਵੀਰ, ਰਾਜਵੀਰ, ਮੰਗਾ, ਇਹ ਫਿਲਮ ਦੇ ਵਿੱਚ ਛੇੜ ਭਾਈ, ਗੈਰੀ, ਮੰਗਾ। ਅੱਛਾ ਭਾਜੀ, ਇਹ ਤਾਂ ਹੋ ਗਈ ਹਾਈ ਐਂਡ ਯਾਰੀਆਂ ਦੀ ਗੱਲ, ਹੈ ਨਾ। ਤੁਸੀਂ ਭਾਜੀ ਸੱਚੀ ਦੇ ਵਿੱਚ ਇੱਕ ਦੂਜੇ ਦੇ ਘਰ ਗਏ ਹੋ ਕਦੇ? ਆਪਣੀ ਜਾਂਦਾ ਆਪਣੇ ਪਿੰਡ, ਸਾਨੂੰ ਕੀ ਲੈ ਕੇ ਜਾਣਾ, ਮੈਂ ਲੈ ਕੇ ਜਾਣਾ ਚਾਹੀਦਾ। 5 ਦਿਨ ਪਹਿਲਾਂ ਬਾਬੇ ਵੀਰੇ ਦੀ ਕਾਲ ਆਈ ਮੈਨੂੰ ਵੀ ਆਪਾਂ ਬੈਠਦੇ ਹਾਂ, ਕਾਫੀ ਕੁਫੀ ਪੀਂਦੇ ਹਾਂ, ਮੈਂ ਕਿਹਾ ਵੀਰੇ ਤੁਸੀਂ ਘਰੇ ਆ ਜਾਓ, ਬਸ ਉਸ ਤੋਂ ਬਾਅਦ ਕਹਿੰਦੇ ਮੈਂ ਆਉਣਾ, ਪਰ ਉਸ ਤੋਂ ਬਾਅਦ ਆਏ ਨਹੀਂ। ਅਸੀਂ ਪਹਿਲਾਂ ਇਕੱਠੇ ਰਹੇ ਹਾਂ ਜਦੋਂ ਨਵਾਂ ਨਵਾਂ ਅਸੀਂ 2013 ਚ ਆਏ ਹਾਂ, 12 ਚ ਤੂੰ, ਹਾਂ ਮੈਂ 13 ਚ ਆਇਆ, ਉਦੋਂ ਅਸੀਂ ਇਕੱਠੇ ਰਹਿੰਦੇ ਸੀ ਸਾਰੇ ਹੀ, ਈਵਨ ਮੈਂ, ਹਾਰਡੀ, ਮਨਿੰਦਰ, ਖਹਿਰਾ, ਸਾਰੇ ਇਕੱਠੇ ਰਹਿੰਦੇ, ਸਾਰੇ ਇਕੱਠੇ ਰਹਿੰਦੇ ਸੀ। ਤਾਂ ਇੱਕ ਇੱਕ ਗਾਣਾ ਆਇਆ ਸੀ ਸਾਰੇ, ਜੱਸੀ ਦਾ ਉਦੋਂ ਲੈਂਸਰ ਪੂਰਾ ਸੁਪਰ ਹਿੱਟ ਸੀ, ਮੇਰਾ ਆਉਣ ਵਾਲਾ ਸੀ, ਮੈਂ ਅਜੇ ਜੱਟ ਦੀ ਅੱਗ ਲਾਉਣਾ ਸੀ, ਜੱਟ ਦੀ ਅੱਗ, ਤਾਂ ਉਹ ਤੋਂ ਹੀ ਅਸੀਂ ਪਿਛਲੇ 5 ਸਾਲ ਹੋ ਗਏ ਸਾਨੂੰ ਇੱਕ ਦੂਜੇ ਨਾਲ, ਪਿਆਰ ਮੁਹੱਬਤ ਵਧੀਆ, ਯਾਰੀ ਦੋਸਤੀ ਵਧੀਆ ਸਾਡੀ, ਅਤੇ ਨਿੰਜਾ ਵੀ ਸਾਨੂੰ ਹੁਣ ਮਤਲਬ ਹੁਣ ਉਸ ਤੋਂ ਬਾਅਦ ਤਾਂ ਫਿਰ ਸਾਡੀ ਰੈਗੂਲਰ ਗੱਲ ਹੁੰਦੀ ਰਹਿੰਦੀ। ਅੱਛਾ, ਸਪੋਜ਼ ਭਾਅ ਜੀ ਤੁਸੀਂ ਤਿੰਨੋਂ ਚਾਹ ਹੋ ਅਤੇ ਤੁਹਾਡਾ ਬਿਸਕੁਟ ਕੌਣ ਹੈ, ਜਿਵੇਂ ਗਲਾਫ ਨਾਲ ਰਜਾਈ, ਝਾੜੂ ਨਾਲ ਸਫਾਈ, ਇਹਨਾਂ ਦਾ ਰਿਲੇਸ਼ਨਸ਼ਿਪ ਹੁੰਦਾ ਨਾ? ਜੇ ਅਸੀਂ ਤਿੰਨਾਂ ਜਣਿਆਂ ਦੀ ਗੱਲ ਕਰੀਏ, ਜੇ ਅਸੀਂ ਤਿੰਨੇ ਚਾਹ ਹਾਂ ਅਤੇ ਸਾਡੀ ਜਿਹੜੀ ਬਿਸਕੁਟ ਆ, ਸਾਡੀ ਬਿਸਕੁਟ ਹਾਈ ਐਂਡ ਯਾਰੀਆਂ ਜਿਹੜਾ ਅਸੀਂ ਕੰਟੈਂਟ ਲੈ ਕੇ ਆਏ, ਸਾਡੀਆਂ ਸਾਡੀ ਉਹ ਸਾਡਾ ਉਹ ਬਿਸਕੁਟ ਆ ਯਾਰੀਆਂ ਸਾਡੀਆਂ, ਜੋ ਅਸੀਂ ਫਿਲਮ ਦੇ ਵਿੱਚ ਦਿਖਾਉਣਾ ਚਾਹਿਆ, ਔਰ ਜੋ ਤੁਸੀਂ ਦੇਖੋਗੇ, ਜੋ ਆਡੀਅੰਸ ਵੀ ਦੇਖੂਗੀ, ਉਹ ਵਾਕਈ ਇੱਕ ਜਿਵੇਂ ਗਲਾਫ ਤੇ ਰਜਾਈ, ਚਾਹ ਤੇ ਬਿਸਕੁਟ, ਸੋ ਇੱਕ ਚੀਜ਼ ਦਾ ਕੰਬੀਨੇਸ਼ਨ ਤੁਹਾਨੂੰ ਦੇਖਣ ਨੂੰ ਮਿਲੂਗਾ, ਸੋ ਚੰਗਾ ਲੱਗੂਗਾ। ਓਕੇ, ਤੇ ਜੇ ਅਸੀਂ ਪਰਸਨਲ ਲਾਈਫ ਦੀ ਗੱਲ ਕਰੀਏ ਤੇ ਫਿਰ ਕੌਣ ਆ ਭਾਈ ਤੁਹਾਡਾ ਬਿਸਕੁਟ? ਕੰਮ ਤੇ ਫੈਮਿਲੀ। ਕੰਮ ਤੇ ਫੈਮਿਲੀ, ਦੋ ਹੀ ਚੀਜ਼ਾਂ ਜ਼ਿੰਦਗੀ 'ਚ ਜ਼ਰੂਰੀ ਹੁੰਦੀਆਂ ਨੇ ਜੀ, ਇੱਕ ਫੈਮਿਲੀ, ਇੱਕ ਕੰਮ, ਤੇ ਤੀਜੇ ਤੇ ਆਉਂਗੇ ਯਾਰੀ, ਤੇ ਜਿਹੜੀ ਬਿਨਾਂ ਕਹਿੰਦੇ ਵੀ ਕਿਸੇ ਖੂਨ ਦੇ ਰਿਸ਼ਤੇ ਤੋਂ ਨਹੀਂ, ਇੱਥੇ ਆ ਕੇ ਸਭ ਕੁਝ ਮਿਲਦਾ। ਮੈਂ ਕਿਹਾ ਯਾਰੀ ਤੇ ਫੈਮਿਲੀ ਮੈਂ ਇਨਕਲੂਡ ਕਰ ਲਿਆ, ਮੈਨੂੰ ਜਿਹੜੇ ਮੇਰੇ ਦੋਸਤ ਨੇ, ਮੇਰੀ ਫੈਮਿਲੀ ਟਾਈਪ। ਭਾਜੀ ਫਿਰ ਹੁਣ ਤੁਸੀਂ ਸਾਰੇ ਗਾਣੇ ਗੁਣੇ ਵੀ ਕਰਦੇ ਹੋ ਤੇ ਫਿਰ ਇੱਥੇ ਭਾਜੀ ਸ਼ੂਟਿੰਗ ਸ਼ਾਟਿੰਗ ਕਰਾਓ ਕੋਈ, ਮੇਰਾ ਮਾੜਾ ਮੋਟਾ। ਹਾਂਜੀ ਹਾਂਜੀ, ਰੇੜੀ ਤੇ ਭਾਜੀ ਕੋਈ ਗੱਲ ਨਹੀਂ, ਚਾਹ ਫ੍ਰੀ ਮੇਰੇ ਵੱਲੋਂ ਭਾਜੀ ਉਸਦੇ। ਸਾਡੇ ਹੱਥ ਨਹੀਂ ਹੁੰਦਾ, ਡਾਇਰੈਕਟਰ ਸਾਹਿਬ ਦੇ ਹੱਥ ਹੁੰਦੇ, ਇਹਨਾਂ ਨੇ ਫਿਲਮ ਬਣਾਈ ਹਾਈ ਐਂਡ ਯਾਰੀਆਂ। ਅੱਛਾ ਭਾਜੀ, ਤੇ ਭਾਜੀ ਉਹ ਨਹੀਂ ਆ ਸਕਦੇ ਪੰਕਜ ਮਿੱਤਰਾ ਭਾਜੀ?
ਪੰਕਜ ਬੱਤਰਾ ਜੀ। ਹਾਂਜੀ ਕੀ ਹਾਲ ਹੈ ਜੀ? ਬਹੁਤ ਬਹੁਤ ਵੈਲਕਮ ਹੈ ਜੀ ਚਾਹ ਤੇ ਚੁਸਕੀ ਦੇ ਵਿੱਚ। ਭਾਜੀ ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਭਾਜੀ ਤੁਸੀਂ, ਵੈਸੇ ਮੈਂ ਗੱਲ ਕਹਿਣ ਲੱਗਿਆ ਤੁਹਾਨੂੰ, ਉਹ ਸਹੀ ਗੱਲ ਕਹੀ ਸੀ, ਪਹਿਲੀ ਵਾਰੀ ਹੋਇਆ ਵੀ ਬੰਦਾ ਬੱਤਰਾ ਸਾਹਿਬ ਇੱਕ ਆਵਾਜ਼ ਮਾਰੇ ਤੇ ਆ ਗਏ। ਅੱਛਾ ਜੀ, ਤੁਹਾਡੀ ਸੁਣਦੇ ਹੁੰਦੇ ਸੀਗੇ ਕਿ ਮਤਲਬ ਕਿ ਟਾਈਮ ਤੇ ਆਉਂਦੇ ਨਹੀਂ ਹੁੰਦੇ ਸੀ? ਇਹਨਾਂ ਨੇ ਕੀ ਟਾਈਮ, ਜੋਕ ਨੀ, ਮੈਂ ਤਾਂ ਜੋ ਵੈਸੇ ਹੀ ਕਹਿੰਦਾ, ਮੈਂ ਬਹੁਤ ਦਿਲ ਤੋਂ ਤੇ ਸੱਚੀ ਕਹਿੰਦਾ ਕਿ ਬਹੁਤ ਅਸੀਂ ਸਾਰਿਆਂ ਨੇ ਬਹੁਤ ਮਤਲਬ ਫਿਲਮ ਬਣਾਈ, ਪਤਾ ਹੀ ਲੱਗਿਆ ਰਲ ਮਿਲ ਕੇ, ਬਸ ਤਿੰਨੋਂ ਐਕਟਰ ਦੋਸਤ, ਕੁਛ ਨਹੀਂ ਭਰਾ ਹੈਗੇ ਤੇ, ਬਸ ਬਹੁਤ ਵਧੀਆ ਕੰਮ ਕੀਤਾ। ਉਹ ਤਾਂ ਥੋੜ੍ਹਾ ਬਹੁਤ ਤੁਹਾਨੂੰ ਪਤਾ ਹੀ ਆ ਫਿਰ। ਨਹੀਂ ਮੇਰੇ ਦੂਜੇ ਪਿਕਚਰ ਹੈ ਜੱਸੀ ਨਾਲ। ਸੱਚੀ ਭਾਜੀ ਬਹੁਤ ਮਜ਼ਾ ਆ ਰਿਹਾ, ਬਹੁਤ ਜ਼ਬਰਦਸਤ ਕੈਮਿਸਟਰੀ ਹੈ ਭਾਜੀ। ਨਹੀਂ ਨਹੀਂ ਟੱਚ ਵਰਡ ਹਨਾ, ਉਹ ਫਿਲਮ 'ਚ ਵੀ ਦੇਖਣ ਨੂੰ ਮਿਲੇਗੀ। ਅੱਛਾ ਜੀ, ਪੱਕਾ ਪੱਕਾ ਪੱਕਾ। ਅੱਛਾ ਭਾਜੀ, ਤੁਸੀਂ ਅਰੁਣ ਬੱਤਰਾ ਜੀ ਨੂੰ ਜਾਣਦੇ ਹੋ? ਕਹਿੰਦੇ ਤੁਸੀਂ ਬਹੁਤ ਵਧੀਆ ਦੋਸਤ ਹੈਗੇ, ਤੁਸੀਂ ਕਿਸੇ ਕਿਹੜੀ ਰਿਸ਼ਤੇਦਾਰਾਂ 'ਚ ਪਿਆ ਭਰਾ? ਭਾਅ ਜੀ ਸਮਝਿਆ ਕਰੋ, ਹਿੱਟ ਡਾਇਰੈਕਟਰ ਹੈਗੇ, ਰਿਸ਼ਤੇਦਾਰੀਆਂ ਕੱਢਾਂਗੇ, ਅੱਗੇ ਕੰਮ ਮਿਲੇਗਾ ਭਾਅ ਜੀ। ਮੈਂ ਕਿਹੜਾ ਕੰਮ ਲੈਣਾ? ਭਾਅ ਜੀ ਇੱਥੇ ਮੇਰਾ ਵੀ ਕਿਤੇ ਸ਼ੂਟਿੰਗ ਹੋ ਸਕਦੀ ਭਾਅ ਜੀ। ਸ਼ੂਟਿੰਗ ਹੋ ਸਕਦੀ ਹੈ, ਕਿਤੇ ਫਿਲਮ 'ਚ ਰੋਲ ਲੈਣ ਨਾ ਫਿਰੀ ਤੂੰ? ਹਾਂ ਨਹੀਂ ਭਾਅ ਜੀ ਨਹੀਂ ਦਊਂਗਾ, ਪਤਾ ਨਹੀਂ ਰੋਲ ਦਿੰਦੇ ਨੇ। ਅੱਛਾ ਜੀ ਭਾਅ ਜੀ, ਫਿਲਮ ਦਾ ਗਾਣਾ ਸੁਣ ਲਈਏ ਭਾਅ ਜੀ? ਡਾਇਰੈਕਟਰ ਸਾਹਿਬ ਬੈਠੇ, ਮੈਂ ਕਿਹਾ ਇਜਾਜ਼ਤ ਲੈ ਕੇ ਫੇਸ ਹੋਣਾ ਹੈ। ਬਿਲਕੁਲ ਬਿਲਕੁਲ, ਬਹੁਤ ਜੀ ਵਧੀਆ। ਹਾਂ ਜੀ ਭਾਅ ਜੀ, ਮੇਰੇ ਦਿਲ ਨੂੰ ਹੋਣ ਲੱਗਿਆ ਏ ਕੀ ਨਹੀਂ ਪਤਾ, ਸਭ ਬਦਲਿਆ ਬਦਲਿਆ ਲੱਗਦਾ ਏ ਕਿਉਂ ਨਹੀਂ ਪਤਾ, ਮੇਰੇ ਦਿਲ ਨੂੰ ਹੋਣ ਲੱਗਿਆ ਏ ਕੀ ਨਹੀਂ ਪਤਾ, ਸਭ ਬਦਲਿਆ ਬਦਲਿਆ ਲੱਗਦਾ ਏ ਕਿਉਂ ਨਹੀਂ ਪਤਾ, ਉੱਠਦੇ ਬਹਿੰਦੇ ਜਾਗਦੇ ਸੌਂਦੇ ਕੋਈ ਖਾਬਾਂ ਵਾਲਾ ਮਹਿਲ ਬਣਾਈ ਜਾਂਦਾ, ਕੋਈ ਵਾਰ ਵਾਰ ਅੱਖਾਂ ਅੱਗੇ ਆਈ ਜਾਂਦਾ ਏ, ਕੋਈ ਮੇਰੇ ਕੋਲੋਂ ਮੈਨੂੰ ਹੀ ਚੁਰਾਈ ਜਾਂਦਾ ਏ। ਕਿਆ ਬਾਤ ਹੈ ਜੀ ਭਾਜੀ, ਕਿਆ ਬਾਤ ਹੈ ਸੱਚੀ, ਬਹੁਤ ਕਮਾਲ ਭਾਜੀ, ਸੱਚੀ ਦਿਲੋਂ ਦੁਆਵਾਂ ਨੇ ਕਿ ਤੁਹਾਡੀ ਫਿਲਮ ਹੈ ਭਾਜੀ ਹਾਈ ਐਂਡ ਆ ਰਹੀ ਹੈ, ਹਨਾ ਫਿੱਟ ਜਾਵੇ, ਲਿਟ ਜਾਵੇ, ਸਾਰਿਆਂ ਦੇ ਦਿਲ 'ਚ ਹੋ ਫਿੱਟ ਜਾਵੇ ਭਾਜੀ। ਸੱਚੀ ਸੱਚੀ ਭਾਜੀ ਬਹੁਤ ਕਮਾਲ, ਮੇਰਾ ਮਤਲਬ ਜਿਹੜਾ ਤੇਰਾ ਸ਼ੋਅ ਵੀ ਵਧੀਆ ਜਾਵੇ ਪਾਰੇ ਭਰਾਵਾ। ਥੈਂਕ ਯੂ ਭਾਜੀ, ਥੈਂਕ ਯੂ ਸੋ ਮੱਚ, ਦੁਆ ਕਰਦੇ ਆ ਕਿ ਤੇਰਾ ਚਾਹ ਦੇ ਚੁਸਕੀ ਜਿਹੜੀ ਆ ਹਾਂਜੀ ਬਹੁਤ ਹਿੱਟ ਜਾਵੇ। ਥੈਂਕ ਯੂ ਭਾਜੀ, ਥੈਂਕ ਯੂ ਸੋ ਮੱਚ ਜੀ। ਭਾਜੀ ਫਿਲਮ ਬਾਰੇ ਕੁਝ ਆਪਣੀ ਆਡੀਅੰਸ ਨੂੰ ਕਹਿਣਾ ਚਾਹੁੰਦੇ ਹੋ ਭਾਜੀ? ਬਸ ਜੀ 22 ਫੈਬਰੀ ਨੂੰ ਸਾਡੀ ਫਿਲਮ ਆ ਰਹੀ ਆ ਹਾਈ ਐਂਡ ਯਾਰੀਆਂ, ਤੇ ਤੁਸੀਂ ਸਾਰਿਆਂ ਨੇ ਆਪਣੇ ਯਾਰਾਂ ਦੋਸਤਾਂ ਨੂੰ ਨਾਲ ਲੈ ਕੇ ਜਾਣਾ ਪਰਿਵਾਰਾਂ ਦੇ ਨਾਲ, ਤੇ ਉਸ ਦਿਨ ਬਾਈਡੇ ਆ, ਬਾਈਡੇ ਉਸ ਦਿਨ ਬਾਈਡੇ ਆ, ਸਭ ਤੋਂ ਜ਼ਰੂਰੀ ਗੱਲ ਜਿਹੜੀ ਉਸ ਦਿਨ ਬਾਈਡੇ ਆ, ਮੈਨੂੰ ਲੱਗਦਾ ਕਿ ਤੁਸੀਂ ਇਹਨੂੰ ਮਾਰਕ ਕਰ ਲਓ ਇਸ ਦਿਨ ਨੂੰ ਆਪਣੇ ਯਾਰਾਂ ਦੋਸਤਾਂ ਦੇ ਨਾਲ, ਬਾਈਡੇ ਮਨਾਇਆ ਕਰੋ ਆਪਣੇ ਬਾਈਆਂ ਦੇ ਨਾਲ। ਸੋ 22 ਫਰਵਰੀ ਨੂੰ ਰੈਡੀ ਰਹੋ ਜੀ, ਅਸੀਂ ਸਾਰੇ ਤੁਹਾਡਾ ਵੇਟ ਕਰਾਂਗੇ, ਤੇ ਤੁਹਾਡੀਆਂ ਯਾਰੀਆਂ ਰੱਬ ਹੋਰ ਜ਼ਿੰਦਾਬਾਦ ਰੱਖੇ, ਤੇ ਚੜ੍ਹਦੀ ਕਲਾ 'ਚ ਰਹੋ। ਕਿਆ ਬਾਤ ਹੈ ਭਾਜੀ, ਸੱਚੀ ਭਾਜੀ ਬਹੁਤ ਹਿੱਟ ਜਾਵੇ ਫਿਲਮ। ਤੇ ਜੀ ਹੁਣ ਹੋ ਗਿਆ ਜੀ ਵੇਲਾ ਮੇਰੀ ਦੁਕਾਨ ਵਧਾਉਣ ਦਾ, ਰੇੜੀ ਵਧਾਉਣ ਦਾ, ਤੇ ਹੁਣ ਮਿਲਦੇ ਹਾਂ ਜੀ ਅਗਲੇ ਹਫਤੇ ਨਵੀਆਂ ਗੱਲਾਂ ਬਾਤਾਂ ਦੇ ਨਾਲ। ਸ਼ਾਨੇ ਪੰਜਾਬ ਪ੍ਰੈਜ਼ੈਂਟਸ ਚਾਹ ਤੇ ਚੁਸਕੀ, ਪਾਵਰਡ ਬਾਏ ਪਾਰਲੇ ਜੀ।